ਸਮੇਂ ਸਮੇਂ ਦੀ ਸਰਕਾਰਾਂ ਦੇ ਵੇਲੇ ਸਿੱਖਾਂ ਦੇ 12 ਵਜੇ ਨੂੰ ਲੈ ਕੇ ਲੋਕਾਂ ਵੱਲੋਂ ਸ਼ਰੇਆਮ ਮਜ਼ਾਕ ਉਡਾਇਆ ਗਿਆ ਪਰ ਕਿਸੇ ਨੇ ਵੀ ਬਣਦੀ ਕਾਰਵਾਈ ਨਹੀਂ ਕੀਤੀ। ਹਾਲ ਹੀ 'ਚ ਭਾਰਤ ਦੀ ਸਭ ਤੋਂ ਪਹਿਲੀ ਲੇਡੀ IPS ਕਿਰਨ ਬੇਦੀ ਵੱਲੋਂ ਸਿੱਖਾਂ ਦੇ 12 ਵਜੇ ਨੂੰ ਲੈ ਕੇ ਟਿੱਪਣੀ ਕੀਤੀ ਗਈ ਸੀ। ਇਸ ਟਿੱਪਣੀ ਕਾਰਨ ਸਿੱਖ ਕੌਮ ਦੀ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ। ਨਾਲ ਹੀ ਕਿਰਨ ਬੇਦੀ ਦਾ ਸਿੱਖਾਂ ਵੱਲੋਂ ਕਾਫੀ ਵਿਰੋਧ ਵੀ ਕੀਤਾ ਜਾ ਰਿਹਾ ਹੈ। ਇਸ ਟਿੱਪਣੀ 'ਤੇ ਸਖ਼ਤ ਇਤਰਾਜ ਪ੍ਰਗਟ ਕਰਦਿਆਂ ਸ਼੍ਰੋਮਣੀ ਵਧੀਕ ਸਕੱਤਰ ਪ੍ਰਤਾਪ ਸਿੰਘ ਨੇ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਪ੍ਰਤਾਪ ਸਿੰਘ ਨੇ ਕਿਹਾ, ਕਿਰਨ ਬੇਦੀ ਨੂੰ ਸਿੱਖ ਇਤਿਹਾਸ ਪੜ੍ਹਨਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕਿਰਨ ਬੇਦੀ ਨੂੰ ਨੋਟਿਸ ਵੀ ਭੇਜਿਆ ਗਿਆ। ਜਿਹੜੀ ਕਿਰਨ ਬੇਦੀ ਨੇ ਸਿੱਖਾਂ ਦੇ 12 ਵਜੇ 'ਤੇ ਕਮੈਂਟ ਕੀਤਾ, ਸ਼ਾਇਦ ਇਹ ਇਤਿਹਾਸ ਭੁੱਲ ਚੁੱਕੀ ਹੈ। ਜਦੋਂ ਮੁਗਲ ਹਿੰਦੁਸਤਾਨ 'ਤੇ ਹਮਲਾ ਕਰਦੇ ਸਨ, ਉਹ ਇਹਨਾਂ ਦੀਆਂ ਧੀਆਂ ਭੈਣਾਂ, ਚਲੋ ਮੈਂ ਕਿਸੇ ਧਰਮ ਦਾ ਨਾਂ ਲੈਂਦਾ, ਇਹਨਾਂ ਧੀਆਂ ਭੈਣਾਂ ਚੁੱਕ ਕੇ ਲੈ ਜਾਂਦੇ ਸੀ। ਉਸ ਸਮੇਂ ਸਿੱਖ ਰਾਤ ਨੂੰ, ਅੱਧੀ ਰਾਤ ਨੂੰ ਲਗਭਗ ਤੁਸੀਂ ਕਹਿ ਸਕਦੇ ਆਪਾਂ ਕਿ 12 ਵਜੇ ਹਮਲਾ ਕਰਕੇ ਅਤੇ ਇਹਨਾਂ ਦੀਆਂ ਧੀਆਂ ਭੈਣਾਂ ਨੂੰ ਛਡਾਉਂਦੇ ਸੀ। ਉਸ 12 ਵਜੇ ਦੇ ਨੂੰ ਅੱਜ ਇਹ ਮਖੌਲ ਦਾ ਵਿਸ਼ਾ ਬਣਾ ਰਹੇ ਨੇ। ਇਹਨਾਂ ਨੂੰ ਇਤਿਹਾਸ ਪੜ੍ਹਨਾ ਚਾਹੀਦਾ, ਖਾਸ ਕਰਕੇ ਕਿਰਨ ਬੇਦੀ ਵਰਗੀ ਜਿਹੜੀ ਆਪਣੇ ਆਪ ਨੂੰ ਪੜ੍ਹੀ ਲਿਖੀ ਆ ਅਤੇ IPS ਅਫਸਰ ਵੀ ਸ਼ਾਇਦ ਰਹਿ ਚੁੱਕੀ ਆ, ਜੇ ਉਹ ਇਤਿਹਾਸ ਹੀ ਨਹੀਂ ਜਾਣਦੀ ਫਿਰ ਉਹ ਇਹ ਕਹਿ ਰਹੀ ਹੈ ਕਿ ਵੇਖੋ ਕੋਈ ਸਿੱਖ ਤਾਂ ਨਹੀਂ ਵਿੱਚ। ਉਹਨੂੰ ਇਹ ਸ਼ਰਮ ਆਉਣੀ ਚਾਹੀਦੀ ਹੈ ਕਿ ਸਿੱਖਾਂ ਨੇ ਹੀ ਉਹਨੂੰ, ਸਿੱਖਾਂ ਨੇ ਇਹਨਾਂ ਦੀਆਂ ਜਿੱਤਾਂ ਜਿਹੜੀਆਂ ਉਹ ਬਚਾਈਆਂ ਨੇ। ਇਹ ਸਿੱਖਾਂ 'ਤੇ ਹਮਲਾ ਕਰਕੇ ਮਖੌਲ ਡਾ ਕੇ ਕੀ ਸਾਬਤ ਕਰਨਾ ਚਾਹੁੰਦੀ ਹੈ, ਇਹ ਮੇਰੀ ਸਮਝ ਤੋਂ ਬਾਹਰ ਆ। ਇਹਨੂੰ ਤੁਰੰਤ ਸਿੱਖ ਕੌਮ ਤੋਂ ਮਾਫ਼ੀ ਮੰਗਣੀ ਚਾਹੀਦੀ ਆ। ਅਤੇ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਆਪਣਾ ਫਰਜ਼ ਸਮਝਦੇ ਹੋਇਆ ਇਹਨਾਂ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਜਾ ਰਿਹਾ, ਅਸੀਂ ਇਹ 'ਤੇ ਸਖ਼ਤ ਕਾਰਵਾਈ ਵੀ ਕਰਾਂਗੇ ਅਤੇ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਅਜਿਹਾ ਕਰਨ ਵਾਲੇ, ਭਾਵੇਂ ਉਹ ਕੋਈ ਵੱਡਾ ਅਫਸਰ ਹੋਵੇ ਚਾਹੇ ਕੋਈ ਸਿਆਸੀ ਲੀਡਰ ਹੋਵੇ, ਉਹਨੂੰ ਕਦਾਚਿਤ ਬਰਦਾਸ਼ਤ ਨਹੀਂ ਕਰਨਾ ਚਾਹੀਦਾ, ਉਹਨਾਂ 'ਤੇ ਬਣਦੀ ਕਾਰਵਾਈ ਕਰਨੀ ਚਾਹੀਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਕਾਰਵਾਈ ਲਈ ਲਾਭਰਾਜ ਨੂੰ ਕਹਿ ਦਿੱਤਾ ਗਿਆ, ਉਹਨਾਂ ਨੇ ਨੋਟਿਸ ਭੇਜ ਦਿੱਤਾ ਹੈ। ਬਾਕੀ ਜਿਹੜੀ ਕਾਰਵਾਈ ਹੋਏਗੀ ਉਹ ਲਾਭਰਾਂ 'ਚ ਰਾਹੀਂ ਸਾਡੇ ਜਿਹੜਾ ਲੀਗਲ ਡਿਪਾਰਟਮੈਂਟ ਉਹਦੇ ਰਾਹੀਂ ਕੀਤੀ ਜਾਏਗੀ।